ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਿੰਡ ਗਿੱਦੜੀ 'ਚ ਇੱਕ ਮਹਿਲਾ ਨਾਲ ਮਾਰਕੁੱਟ ਕਰਨ ਅਤੇ ਉਸ ਨੂੰ ਘਸੀੜਨ ਦੀ ਵੀਡੀਓ ਵਾਇਰਲ ਹੋਈ ਹੈ। ਇਸ ਮਾਮਲੇ 'ਚ ਵਿਧਵਾ ਪੀੜਤਾ ਦਾ ਆਰੋਪ ਹੈ ਕਿ ਉਸ ਦੇ ਪਤੀ ਦਾ 4 ਸਾਲ ਪਹਿਲਾਂ ਨਿਧਨ ਹੋ ਚੁੱਕਾ ਹੈ। ਆਰੋਪੀ ਅਜਮੇਰ ਸਿੰਘ ਉਸ ਤੇ ਗਲਤ ਨਜ਼ਰ ਰੱਖਦਾ ਸੀ। ਇਸ ਬਾਰੇ 'ਚ ਉਸਨੇ ਆਰੋਪੀ ਦੇ ਪਰਿਵਾਰ ਵਾਲਿਆਂ ਨੂੰ ਵੀ ਸ਼ਿਕਾਇਤ ਕੀਤੀ, ਲੇਕਿਨ ਉਹਨਾਂ ਨੇ ਅਣਸੁਣਿਆ ਕਰ ਦਿੱਤਾ। ਜਿਸ ਦੇ ਬਾਅਦ ਬੀਤੇ ਦਿਨੀ ਆਰੋਪੀਆਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਉਸ ਦੀ ਮਾਰਕੁੱਟ ਕਰਨੀ ਚਾਹੀ ਤਾਂ ਉਸ ਸਮੇਂ ਨਾਕਾਮ ਰਹੇ ਅਤੇ ਉਸਨੇ ਪੁਲਿਸ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 'ਤੇ ਫੋਨ ਕੀਤਾ, ਲੇਕਿਨ ਭਰੋਸਾ ਦੇਣ ਦੇ ਬਾਵਜੂਦ ਵੀ ਪੁਲਿਸ ਨਹੀਂ ਆਈ। ਅਗਲੇ ਦਿਨ ਆਰੋਪੀ ਉਸ ਨੂੰ ਘਰ ਤੋਂ ਘਸੀੜ ਕੇ ਗਲੀ 'ਚ ਲੈ ਗਏ ਅਤੇ ਉਸ ਨਾਲ ਮਾਰਕੁੱਟ ਕੀਤੀ ਅਤੇ ਉਸਦੇ ਬੇਟੇ ਨੇ ਉਸਦੀ ਮਾਰਕੁੱਟ ਦੀ ਵੀਡੀਓ ਬਣਾ ਲਈ, ਲੇਕਿਨ ਪੁਲਿਸ ਨੇ ਉਸਦੇ ਅਨਪੜ੍ਹ ਦਾ ਫਾਇਦਾ ਉਠਾਉਂਦੇ ਹੋਏ ਆਰੋਪੀਆਂ ਦੇ ਪੱਖ 'ਚ ਹੀ ਮਾਮਲਾ ਕਰ ਦਿੱਤਾ। ਜੀ ਜਮੇਲ ਸਿੰਘ ਜੀ, ਉਹ ਮੈਨੂੰ ਨਾ 4 ਸਾਲਾਂ ਤੋਂ ਤੰਗ ਕਰ ਰਿਹਾ ਸੀ ਜਦੋਂ ਮੇਰੇ ਘਰ ਵਾਲੇ ਦੀ ਡੈਥ ਹੋਈ ਹੈ। ਉਸ ਤੋਂ ਬਾਅਦ 4 ਮਹੀਨੇ ਵੱਧੋਂ ਮੈਨੂੰ ਤੰਗ ਕਰਨ ਲੱਗ ਗਿਆ ਜੀ। ਉਹ ਮੇਰੇ 'ਤੇ ਮਾੜੀ ਨਜ਼ਰ ਰੱਖਦਾ ਸੀ, ਮਾੜੀ ਨਜ਼ਰ ਤਾਂ ਰੱਖਦਾ ਸੀ। ਮੈਂ ਬਹੁਤ ਵਾਰੀ ਉਹਨਾਂ ਦੇ ਘਰਦਿਆਂ ਨੂੰ ਲਾਂਭਾ ਦਿੱਤਾ, ਉਹਦੇ ਡੈਡੀ ਨੂੰ ਦਿੱਤਾ, ਤਾਰੇ ਸਿੰਘ ਨੂੰ ਜੀ, ਤਾਰੇ ਸਿੰਘ ਨੂੰ ਲਾਂਭਾ ਦਿੱਤਾ। ਉਹਨਾਂ ਨੇ ਉਹਦਾ ਲਾਂਭਾ ਨਹੀਂ ਮੰਨਿਆ ਹੈਗਾ। ਫਿਰ ਮੈਂ ਉਹਦੇ ਘਰ ਵਾਲੀ ਨੂੰ ਵੀ ਲਾਂਭਾ ਦਿੱਤਾ ਵੀ ਮੈਨੂੰ ਐਂ ਬੋਲਦਾ ਵਾ। ਫਿਰ ਮੈਂ ਸਰਪੰਚ ਸਰਪੰਚ ਨੂੰ ਵੀ ਕਿਹਾ ਵੀ ਮੈਨੂੰ ਕਦੇ ਕਹਿੰਦਾ ਵੀ ਕਾਪੀਆਂ ਲੈ ਲਾ ਕਿਤਾਬਾਂ ਆਪਦੇ ਬੱਚਿਆਂ ਵਾਸਤੇ, ਕਦੇ ਵੀ ਮੈਂ ਸੌਦੇ ਦਊਂਗਾ ਵੀ ਤੂੰ ਮੇਰੇ ਨਾਲ ਐਵੇਂ ਕਰ ਐਵੇਂ ਕਰ, ਵੀ ਨਹੀਂ ਮੈਂ ਤੈਨੂੰ ਜਲੀਲ ਕਰੂੰਗਾ। ਕਿੰਨੇ ਚਿਰ ਤੋਂ ਤੁਹਾਡੇ 'ਤੇ ਮਾੜੀ ਅੱਖ ਰੱਖ ਰਿਹਾ ਸੀ? ਜੀ 4 ਸਾਲ ਹੋ ਗਏ ਜੀ, 4 ਸਾਲ ਤਾਂ ਹੋ ਗਏ। ਮੈਂ 4 ਸਾਲ ਦੀ ਦੱਬਦੀ ਆਈ ਗਈ ਦੱਬਦੀ ਆਈ ਗਈ ਵੀ ਨਹੀਂ ਅੱਜ ਸਹੀ ਹੋਇਆ, ਅੱਜ ਸਹੀ ਹੋਇਆ। ਇਹ ਇੱਕ ਦਿਨ ਇਹਨੇ ਨਾ ਮੈਨੂੰ ਇਹ ਗਿੱਦੜੀ ਪਿੰਡ ਦੇ ਵਿੱਚ ਰਹਿਣ ਵਾਲੀ ਨੂੰ ਇਹਨੇ ਨਾ ਮੈਨੂੰ ਬਹੁਤ ਤੰਗ ਕੀਤਾ ਜੀ। ਤੰਗ ਕਰਕੇ ਜੀ ਮੈਂ ਇੱਕ ਵਿਧਵਾ ਔਰਤ ਹੈ ਹੂੰ, ਮੇਰੇ ਘਰ ਵਾਲੇ ਦਾ ਚਰਨਜੀਤ ਸਿੰਘ ਵਾ, ਚਰਨਜੀਤ ਸਿੰਘ ਵਾ। ਸਾਨੂੰ ਇਹਨਾਂ ਨੇ ਨਾ ਕੁੱਟ ਮਾਰ ਇਹਨਾਂ ਨੇ ਬਹੁਤ ਕੀਤੀ ਸਾਨੂੰ ਜੀ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਕੇਸ ਦਰਜ ਕਰ ਦਿੱਤਾ ਗਿਆ ਅਤੇ ਅਗਲੀ ਜਾਂਚ ਕੀਤੀ ਜਾਵੇਗੀ। ਗਿੱਦੜੀ ਤੋਂ ਕੰਪਲੇਂਟ ਆਈ ਸੀ ਪਹਿਲਾਂ, ਫਿਰ ਲੜਕੀ ਦਾਖਲ ਹੋ ਗਈ ਸੀ ਹੋਸਪਿਟਲ 'ਚ ਪਾਇਲ, ਉਹਦਾ ਬਿਆਨ ਲਿਖ ਕੇ ਫਿਰ ਮੁਕੱਦਮਾ ਦਰਜ ਕਰ ਦਿੱਤਾ ਸੀ ਜੀ। ਕੀ ਕਾਰਵਾਈ ਕੀਤੀ ਫਿਰ ਉੱਥੇ? ਕਾਰਵਾਈ ਕਰਕੇ ਮੁਕੱਦਮਾ 354, 506, 509, 148 ਮੁਕੱਦਮਾ ਦਰਜ ਕਰ ਦਿੱਤਾ ਸੀ ਜੀ। ਦੋਸ਼ੀਆਂ ਦੀ ਅਰੈਸਟ ਪਾਲੀ ਸੀ। ਦੁਰਾਹਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।